ਕਈ ਪਰ ਜਵਾਨੀ ਦੇ ਵਿੱਚ ਚਲੇ ਜਾਂਦੇ ਨੇ ਅਤੇ ਬੁਢੇਪੇ ਦੇ ਵਿੱਚ ਤਾਂ ਹਰ ਇੱਕ ਨੇ ਇਸ ਸੰਸਾਰ ਤੋਂ ਚਲਿਆ ਜਾਣਾ, ਹਰ ਇੱਕ ਨੇ ਸੰਸਾਰ ਤੋਂ ਚਲਿਆ ਜਾਂਦਾ। ਫਰੀਦਾ ਪੈ ਜਾਂਦੇ ਦੁੱਖ ਮੁੰਜ ਕੋ ਦੁੱਖ ਸਵਾਇਆ ਜਾਂਦਾ ਦੂਜੇ ਚੜ ਜਿਹੜੇ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਇਸ਼ਨਾਨ ਕਰਦੇ ਨੇ ਗੁਰੂ ਸਤਿਗੁਰੂ ਕਰ ਸਿੱਖ ਅਕਾਲੇ ਸੋ ਭਰਕੇ ਉੱਠਣ ਨਾਮ ਤੇ ਆਵੈ ਉਦੋਂ ਕਰੇ ਭਰਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਦਾ ਹੈ। ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠਦਾ ਉੱਠ ਕੇ ਇਸ਼ਨਾਨ ਕਰਦਾ ਸਤਿਗੁਰ ਦਾਤੇ ਪਹੁੰਚ ਕੇ ਹਾਜ਼ਰ ਨਾਲ ਆਉਂਦਾ ਇਹ ਗੁਰਸਿੱਖਾਂ ਦੀ ਕਰਨੀ ਜਨਪਾਈ ਇਹਦਾ ਨਹੀਂ ਜਨਪਾ ਅੰਮ੍ਰਿਤ ਵੇਲੇ ਉੱਠਦਾ ਉੱਠ ਕੇ ਨਿਤਨੇਮ ਕਰਨਾ ਸੁਖਮਨੀ ਸਾਹਿਬ ਦੇ ਪਾਠ ਕਰਨੇ ਸੱਚੇ ਪਾਤਸ਼ਾਹ ਦਾਤੀ ਸੇਵਾ ਕਰਨੇ ਦਰਸ਼ਨ ਦਾਰ ਕਰਨੇ ਇਹ ਬਹੁਤ ਵੱਡੀ ਕਿਰਪਾ ਹੁੰਦੀ ਹੈ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਇਹਨਾਂ ਦਾ ਸੰਸਾਰ ਜਿਹਨਾਂ ਨੂੰ ਸਾਰੇ ਸਾਰੇ ਰਾਤ ਨੀਂਦ ਨਹੀਂ ਆਉਂਦੀ ਜਿਹਦੇ ਮਨ ਨੂੰ ਚੈਨ ਨਹੀਂ ਇਹਨਾਂ ਦਾ ਸਮਾਂ ਐਨ ਦਵਾਈ ਸੋਏ ਕੈ ਦਿਸ ਦਵਾਇਆ ਖਾਏ ਇਹ ਜੈਸਾ ਜਨਮ ਹੈ ਕੋਈ ਬਦਲੈ ਜਾਏ ਇਹ ਰਾਤ ਸੌਂਕੇ ਗਵਾ ਲਈ ਦਿਨ ਖਾ ਪੀ ਕੇ ਗਵਾ ਲਿਆ ਇਹਨਾਂ ਦਾ ਸਮਾਂ ਸਮਾਂ ਹੈ ਜਿਹੜਾ ਲੰਘ ਜਾਂਦਾ ਹੈ ਕਈਆਂ ਦਾ ਸੁੱਖਾਂ ਦੇ ਵਿੱਚ ਕਈਆਂ ਦੁੱਖਾਂ ਦੇ ਵਿੱਚ ਕਿਉਂਕਿ ਇਹਨਾਂ ਕਿਸੇ ਦੀ ਭਗਤੀ ਹੋਏਗੀ ਬਦਲੀ ਹੋਏਗੀ ਉਹਨਾਂ ਦਾ ਸਮਾਂ ਠੀਕ ਹੁੰਦਾ ਹੈ ਬਾਣੀ ਪੜ੍ਹਦੇ ਹਾਂ ਰੁੱਖਾਂ ਜਿਹੜੀਆਂ ਸੰਸਾਰ ਤੇ ਆਉਂਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਦਾ ਸਮਾਂ ਦੁੱਖਾਂ ਦੇ ਵਿੱਚ ਠੀਕ ਹੁੰਦਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਾਰੇ ਕਰਦੇ ਨੇ ਵੱਡੇ ਵੱਡੇ ਜੋਗੀ ਸਹਿ ਲੋਕ ਦੇਖੋ ਡਾਕਟਰ ਚਿੰਤਾ ਲੋਕ ਜਿਹੜੇ ਵੱਡੇ ਵੱਡੇ ਲੋਕ ਦੇਖਦੇ ਨੇ ਪਹਿਰਾਵਾ ਸੋਹਣਾ ਹੋਏਗਾ ਵੇਖਣ ਨੂੰ ਬੜੇ ਸੋਹਣੇ ਹੁੰਦੇ ਨੇ ਪਰ ਕਹਿੰਦੇ ਇਹਨਾਂ ਦੇ ਸਰੀਰਾਂ ਨੂੰ ਰੋਗ ਲੱਗੇ ਹੁੰਦੇ ਨੇ ਚਿੰਤਾ ਲੱਗੀ ਹੁੰਦੀ ਹੈ ਇਹਨਾਂ ਦੇ ਸਰੀਰਾਂ ਨੂੰ ਰੋਗ ਲੱਗੇ ਹੁੰਦੇ ਨੇ ਚਿੰਤਾ ਲੱਗੀ ਹੁੰਦੀ ਹੈ ਇਹਨਾਂ ਦਾ ਸਮਾਂ ਇਹਨਾਂ ਦਾ ਸਮਾਂ ਜਿਵੇਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇਹ ਜਨਮ ਲੰਬੇ ਨੂੰ ਸੰਸਾਰ ਨੂੰ ਤਾਰਨ ਵਾਸਤੇ ਆਏ ਸਤਿਗੁਰੂ ਜੀ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਹਰੀ ਪਰਮੇਸ਼ਵਰ ਦੇ ਪਿਆਰੇ ਸੰਸਾਰ ਤੇ ਆਏ ਨੇ ਇਹਨਾਂ ਨੂੰ ਮੈਂ ਆਪਣੇ ਘਰ ਲੈ ਕੇ ਜਾਵਾਂ ਜਾ ਕੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਂ ਬੇਨਤੀ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰੱਬ ਦਾ ਪਾਠ ਕਰਦੇ ਰਹਿੰਦੇ
ਇਹਨਾਂ ਦੀ ਬੇਨਤੀ ਕੀਤੀ ਸਾਰੇ ਪਰਿਵਾਰ ਇਹਨਾਂ ਦੇ ਮਨ ਦੀ ਤਮੰਨਾ ਹੈ। ਕਹਿੰਦੇ ਪ੍ਰਬੰਧਕਾਂ ਨੇ ਆਗਿਆ ਦੇ ਦਿੱਤੀ, ਗ੍ਰੰਥੀ ਸਿੰਘ ਸਾਹਿਬਾਨਾਂ ਨੇ ਕੀ ਕੀਤਾ, ਸ੍ਰੀ ਅਖੰਡ ਪਾਠ ਸਾਹਿਬ ਕਰ ਦਿੱਤੇ। ਜਦੋਂ ਸ੍ਰੀ ਅਖੰਡ ਪਾਠ ਸਾਹਿਬ ਕੀਤੇ, ਜਿਹਨਾਂ ਨੂੰ ਕੈਂਸਰ ਦਾ ਰੋਗ ਸੀ, ਉਹ ਕੰਧ ਨਾਲ ਲਾ ਕੇ ਬੈਠ ਕੇ ਗੁਰਬਾਣੀ ਦੇ ਪਾਠ ਹੋ ਰਹੇ ਹੁੰਦੇ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਬਿਤਾਈ, ਸੱਚੇ ਪਾਤਸ਼ਾਹ ਦੀ ਬਾਣੀ ਬੜੇ ਪ੍ਰੇਮ ਦੇ ਨਾਲ ਸੁਣਿਆ ਨੇ। ਮਨ ਪਾਲ ਕੇ ਅਰਦਾਸ ਕੀਤੀ, ਦੂਸਰਾ ਦਿਨ ਵੀ ਚਲੇ ਆ ਕੇ ਸੁਣਦਾ ਰਹੇ। ਦੂਸਰੀ ਰਾਤ ਆ ਕੇ ਕਹਿੰਦੇ ਬੜੇ ਪ੍ਰੇਮ ਦੇ ਨਾਲ ਕਹਿੰਦੇ ਗੁਰਬਾਣੀ ਦੇ ਪਾਠ ਸੁਣੇ, ਭੋਗ ਪਾਏ, ਪਵਿੱਤਰਤਾ ਪ੍ਰਸ਼ਾਦੀ ਦੇ ਵਰਤਾਈ ਗਏ। ਜਦੋਂ ਪਵਿੱਤਰਤਾ ਪ੍ਰਸ਼ਾਦੀ ਦੇ ਵਰਤਾਈ, ਕਹਿੰਦੇ ਪਰਿਵਾਰ ਨੇ ਕੀ ਕੀਤਾ, ਸਮਾਪਤੀ ਤੋਂ ਬਾਅਦ ਆਪਣੇ ਮੈਂਬਰ ਨੂੰ ਘਰ ਲੈ ਕੇ ਆ ਗਏ। ਜਦੋਂ ਸੰਗਤ ਦੇ ਘਰ ਲੈ ਕੇ ਆਏ, ਕੁਝ ਦਿਨ ਲੰਘੇ, ਜਦੋਂ ਕੁਝ ਦਿਨ ਲੰਘੇ, ਜਿਹੜੇ ਡਾਕਟਰਾਂ ਨੇ ਜਵਾਬ ਦਿੱਤਾ ਸੀ, ਮਰੀਜ਼ ਨੂੰ ਕਹਿੰਦੇ ਸ਼ਕਲ ਸ਼ਿਕਾਉਣ ਲੱਗ ਪਏ। ਪਰਿਵਾਰ ਬੜਾ ਹਰਾਸ਼ ਹੋਇਆ, ਕਹਿੰਦੇ ਬੜਾ ਇਹਨਾਂ ਦੇ ਦਰਦ ਵਿੱਚ ਪਚਦਾ ਹੀ ਨਹੀਂ ਸੀ, ਪਾਣੀ ਪਿਲਾਉਂਦੇ ਸਾਂ, ਪਾਣੀ ਪੀਂਦਾ ਸੀ, ਹੋਰ ਕੁਝ ਪਚਦਾ ਹੀ ਨਹੀਂ ਸੀ, ਬੜਾ ਹੈਰਾਨ ਹੋਇਆ ਪਰਿਵਾਰ, ਸ਼ਕਲ ਸ਼ਿਕਾਉਣ ਲੱਗ ਪਿਆ। ਕਹਿੰਦੇ ਜਿਹਨਾਂ ਡਾਕਟਰਾਂ ਨੇ ਮਨਾ ਕੀਤਾ ਸੀ, ਜਵਾਬ ਦਿੱਤਾ ਸੀ, ਉਹਨਾਂ ਦੇ ਕੋਲ ਲੈ ਕੇ ਚਲੇ ਗਏ। ਜਦੋਂ ਗਏ, ਉੱਥੇ ਜਾ ਕੇ ਚੈੱਕਅਪ ਕੀਤਾ, ਰਿਪੋਰਟਾਂ ਹੋਈਆਂ। ਜਦੋਂ ਕਹਿੰਦੇ ਸਨ ਕਿ ਰਿਪੋਰਟ ਹੋਈ, ਰਿਪੋਰਟ ਦੇ ਵਿੱਚ ਕੀ ਹੋਇਆ, ਮੇਰਾ ਵੈਦ ਗੁਰੂ ਗੋਬਿੰਦ ਦਾ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਵੈਦ ਨਹੀਂ, ਮਹਾਰਾਜ ਤੋਂ ਵੱਡਾ ਕੋਈ ਵੈਦ ਨਹੀਂ। ਜਦੋਂ ਕਿਤੇ ਰਿਪੋਰਟਾਂ ਹੋਈਆਂ, ਰਿਪੋਰਟਾਂ ਦੇ ਵਿੱਚ ਜਿਹੜਾ ਕੈਂਸਰ ਦਾ ਰੋਗ ਸੀ, ਉਹ ਨਹੀਂ ਆਇਆ, ਨਹੀਂ ਆਇਆ। ਮੈਂ ਬੜਾ ਹੈਰਾਨ ਹੋਇਆ, ਕਿਹਾ ਬੜਾ ਮੇਰਾ ਮਰੀਜ਼, ਮੈਂ ਇਹਨਾਂ ਨੂੰ ਮਨਾ ਕੀਤਾ ਹੋਇਆ ਸੀ, ਕੈਂਸਰ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ, ਇਹਨਾਂ ਨੂੰ ਕੈਂਸਰ ਨਹੀਂ ਆ ਰਿਹਾ। ਕਹਿੰਦੇ ਡਾਕਟਰ ਬੜਾ ਹੈਰਾਨ ਹੈ, ਡਾਕਟਰ ਨੇ ਕੀ ਕੀਤਾ, ਸਾਰੇ ਪਰਿਵਾਰ ਨੂੰ ਕੋਲ ਬੁਲਾਇਆ, ਕੋਲ ਬੁਲਾ ਕੇ ਪੁੱਛਿਆ, ਕਹਿੰਦੇ ਭਾਈ ਮੈਂ ਤਾਂ ਇਹਨਾਂ ਨੂੰ ਜਵਾਬ ਦੇ ਦਿੱਤਾ ਸੀ, ਤੁਸੀਂ ਮੈਨੂੰ ਦੱਸੋ ਇਹਨਾਂ ਨੂੰ ਕਿੱਥੇ ਲੈ ਕੇ ਗਏ, ਕਿਹੜੀ ਜਗ੍ਹਾ 'ਤੇ ਲੈ ਕੇ ਗਏ, ਕਿੱਥੋਂ ਦਵਾਈ ਲੈ ਕੇ, ਕਿੱਥੋਂ ਚੈੱਕਅਪ ਕੀਤਾ, ਦੱਸਣਾ ਕਰੋ। ਸਾਰੇ ਪਰਿਵਾਰ ਨੇ ਕਹਿਣਾ ਕੀਤਾ, ਕਹਿੰਦੇ ਡਾਕਟਰ ਸਾਹਿਬਾਨ ਤੁਸੀਂ ਜਵਾਬ ਦੇ ਦਿੱਤਾ, ਅਸੀਂ ਦੇਸਾਂ ਵਿਦੇਸਾਂ ਦੀ ਧਰਤੀ 'ਤੇ ਲੈ ਕੇ ਗਏ। ਜਦੋਂ ਉੱਥੇ ਗਏ, ਉੱਥੇ ਜਾ ਕੇ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਰੱਬ ਕਰਵਾਏ, ਫਿਰ ਉਹ ਪਵਾਏ, ਫਿਰ ਉਸ ਤੋਂ ਬਾਅਦ ਅਸੀਂ ਘਰ ਆ ਕੇ, ਜਦੋਂ ਘਰ ਆਏ, ਉਦੋਂ ਬਾਅਦ ਸ਼ਕਲ ਸ਼ਿਕਾਉਣ ਲੱਗ ਪਏ। ਕਹਿੰਦੇ ਡਾਕਟਰ ਨੇ ਕੀ ਕੀਤਾ, ਸਾਰੇ ਕੀ ਹੈ।
ਸੰਸਾਰ ਗੁਰਨਾਨਕ ਮਹਾਰਾਜ ਨੇ ਪ੍ਰਚਨ ਕੀਤੇ, ਕਹਿੰਦੇ ਭਾਈ ਮੰਨੋ ਇਹ ਸੰਸਾਰ ਤੋਂ ਜਾਏਗਾ, ਰੁੱਤੋਂ ਜਾਏਗਾ, ਅਸੀਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ, ਦਸਵੇਂ ਜਾਮੇ ਦੇ ਵਿੱਚ ਆ ਕੇ ਅਸੀਂ ਇਹਦਾ ਉਤਾਰ ਕਰਾਂਗੇ, ਇਹ ਵਚਨ ਕੀਤੇ ਮਹਾਰਾਜ ਨੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਜਾਮੇ ਦੇ ਵਿੱਚ ਆਏ, ਜੰਗਲਾਂ ਦੇ ਵਿਚਕਾਰ ਖੇਡਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਇੱਕ ਖਰਗੋਸ਼ ਦੌੜਨ ਲੱਗੇ ਆ। ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰ ਖਿੱਚ ਕੇ ਮਾਰੇ, ਫਿਰ ਕੇ ਰੱਖ ਦਿੱਤਾ। ਗੁਰਸਿੱਖਾਂ ਨੇ ਦੇਖਿਆ, ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਤਾਂ ਬੜਾ ਪਿਆਰਾ ਸੀ, ਇਹ ਤੋਂ ਬੜਾ ਪਿਆਰਾ ਸੀ, ਇਹਨੂੰ ਕਿਉਂ ਮਾਰਿਆ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਸਾਡਾ ਸਿੰਘ ਸੀ, ਇਹ ਤੋਂ ਇਸੇ ਜਨਮ ਦੇ ਵਿੱਚ ਸੱਜਣ ਮੇਰੇ ਨਗਰੇ
Tiro, suporta a luz de vida. A renda da
ਬੈਠੇ ਬੈਠੇ ਗੁਰੂ ਖਾਲਸਾ ਜੀ ਲਵਾਈਏ ਹਾਜ਼ਰ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਗੁਰਾਂ ਦਾ ਫਰਮਾਨ ਹੈ ਜੇ ਹਰੀ ਜੀ ਲਿਖਿਆ ਤੇ ਹਰ ਹੁਕਮ ਕਮਾਹਿ ਘੱਲੇ ਜਾ ਰਹੇ ਨਾਨਕ ਸਭ ਦੇ ਵਿੱਚ ਚਾਹੇ ਤੇ ਮਹਾਂਪਾਕਾਂ ਸਾਹਿਬ ਬਹੁਤ ਹੀ ਸਤਿਕਾਰਯੋਗ ਕੈਪਟਨ ਅਰਦਾਸ ਸਿੰਘ ਜੀ ਇਸ ਦੁਨੀਆਂ ਨੂੰ ਪਰਿਵਾਰ ਨੂੰ ਸਰੀਰਕ ਤੌਰ 'ਤੇ ਸਰੀਰੀ ਵਿਸ਼ਵ ਲੱਗ ਕੇ ਚਲੇ ਗਏ ਇੱਥੇ ਪਿਛਲੇ ਵੀ ਰਹਿਣਾ ਨਹੀਂ ਆਪਾਂ ਸਾਰਿਆਂ ਨੇ ਉੱਥੇ ਚਲੇ ਜਾਣਾ ਪਰ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ ਜਨਮ ਮਨ ਵੱਡਾ ਵਿਛੋੜਾ ਬਿਨਸੇ ਲੱਗ ਸਵਾਏ ਜਿਹੜੇ ਵਿਛੋੜਿਆ ਇਹ ਸਹਿਯੋਗ ਸੀ ਉਸ ਤੋਂ ਬਾਅਦ ਇਹਨਾਂ ਦਾ ਬਚਪਨ ਹੈ ਜਿਹੜਾ ਜਨਮ ਲਹਿੰਦੇ ਪੰਜਾਬ ਪਿਸ਼ਾਵਰ ਦੇ ਵਿੱਚ ਬੀਤਿਆ ਦੇਸ਼ ਦੀ ਵੰਡ ਹੋਈ ਇਹ ਇੱਧਰ ਰਾਏਪੁਰ ਦੇ ਵਿੱਚ ਆਏ ਤੇ ਇਹਨਾਂ ਦਾ ਸਹਿਯੋਗ ਮਾਤਾ ਪ੍ਰਦੀਪ ਕੌਰ ਦੇ ਨਾਲ ਹੋਇਆ ਅਨੰਤ ਕਾਲ ਉਹਨਾਂ ਦੇ ਨਾਲ ਹੋਇਆ ਅੱਗੇ ਸਹਿਯੋਗ ਚੱਲੇ ਇਹਨਾਂ ਦੇ ਘਰ ਇੱਕ ਲੜਕਾ ਦੋ ਲੜਕਿਆਂ ਦੇ ਜਨਮ ਲਏ ਹੋਏ ਲੜਕੇ ਡਾਕਟਰ ਪਰਮਜੀਤ ਸਿੰਘ ਗੁਰ ਪਰਮਜੀਤ ਸਿੰਘ ਲੜਕਾ ਪਰਮਜੀਤ ਕੌਰ ਡਾਕਟਰ ਹਰਜੀਤ ਕੌਰ ਤਿੰਨੋਂ ਬੱਚੇ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣੇ ਬਣੇ ਅਤੇ ਅੱਗੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਮੋਤੇ ਦੋਹਤੇ ਦੋਹਤੀਆਂ ਇਹ ਡਾਕਟਰ ਬਣੇ ਇਹਨਾਂ ਦੀ ਸੰਖੇਪ ਜੀਵਨੀ ਸੀ ਮੈਂ ਜਿਹੜੀ ਦੱਸਣੀ ਚਾਹੁੰਦਾ ਪਰ ਇੱਕ ਜਦੋਂ ਮਨੁੱਖ ਆਉਂਦਾ ਹੈ ਉਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ ਕਿਹਨਾਂ 'ਚ ਬਹੁਤ ਔਗਣ ਹੁੰਦੇ ਆ ਕਿਹਨਾਂ 'ਚ ਜ਼ਿਆਦਾ ਗੁਣ ਹੁੰਦੇ ਆ ਪਵਿੱਤਰ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੋਈ ਦੌਰ ਪਹਿਲਾਂ ਸਾਡੇ ਸਰਕਾਰ ਜੋ ਕਿ ਮੇਰੇ ਸਹੁਰਾ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਹਨ ਸੋ ਉਹਨਾਂ ਦੀ ਇਸ ਦੁੱਖ ਭਰੀ ਯਾਦ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਸੋ ਜੇ ਮੈਂ ਉਹਨਾਂ ਦੀ ਜੀਵਨੀ ਬਾਰੇ ਥੋੜ੍ਹੀ ਜਿਹੀ ਵਿਸ਼ਾਲ ਝਾਤ ਮਾਰਾਂ ਤੇ ਉਹਨਾਂ ਦਾ ਜਨਮ 22 ਅਪ੍ਰੈਲ 1936 ਨੂੰ ਇਸ ਮਹਾਰਾਜ ਗੁਰੂ ਮਹਾਰਾਜ ਜੀ ਦੀ ਪਵਿੱਤਰ ਧਰਤੀ ਤੇ ਹੋਇਆ ਉਹਨਾਂ ਦੇ ਜਨਮ ਇਸ ਕਾਰਨ ਹੋਇਆ ਕਿ ਜਿਹੜਾ ਦੇਸ਼ ਭਗਤਾਂ ਦੀ ਪਰਿਵਾਰ ਇਹਨਾਂ ਦੇ ਦਾਦਾ ਜੀ ਸਰਦਾਰ ਸਾਵਨ ਸਿੰਘ ਉਹਨਾਂ ਨੇ ਵਰਲਡ ਵਾਰ ਪਹਿਲੀ ਜਿਹੜੀ ਕਿ 1914 ਤੋਂ 1918 ਤੱਕ ਹੋਈ ਉਸ ਵਿੱਚ ਦੇਸ਼ ਦੀ ਸੇਵਾ ਕੀਤੀ ਸਰਹਿੰਦਾਂ ਦੇ ਲੜੇ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਸਰਦਾਰ ਸੁੱਚਾ ਸਿੰਘ ਉਹਨਾਂ ਨੇ ਵਰਲਡ ਵਾਰ 2 ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਪਣੇ ਤੋਂ
ਪਿਛਲੇ ਦਿਨੀ ਚਲੇ ਗਏ ਸਿਰ ਪੱਖੋਂ ਕਾਫੀ ਸਮੇਂ ਤੋਂ ਢਿੱਲੇ ਚੱਲ ਰਹੇ ਸੀ। ਮੈਨੂੰ ਉਹਨਾਂ ਦੇ ਨਾਲ ਮੀਟਿੰਗਾਂ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ। ਨਿੱਘੇ ਸੁਭਾਅ ਦੇ ਵਿੱਚ ਬੋਲਣੇ, ਮੈਂ ਇਹ ਇਨਸਾਨ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਸੀ ਵੀ ਧਾਰਮਿਕ ਤੌਰ 'ਤੇ ਗੁਰੂ ਸਾਹਿਬ ਸੇਵਾ ਆਪ ਪਛ ਹੈ। ਜੋ ਇਨਸਾਨ ਇਸ ਦੁਨੀਆਂ 'ਚ ਆਇਆ ਉਹਨੇ ਇੱਕ ਦਿਨ ਚਲੇ ਜ਼ਰੂਰ ਜਾਣਾ, ਪਰ ਗੁਰੂ ਸਾਹਿਬ ਦੀ ਬਹੁਤ ਘੱਟ ਇਹ ਜਿਹੇ ਇਨਸਾਨਾਂ 'ਤੇ ਕਿਰਪਾ। ਸਭ ਤੋਂ ਪਹਿਲਾਂ ਇਸ ਪਾਵਨ ਧਰਤੀ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮੈਂ ਸ਼ੀਸ਼ ਬਣਦੀ ਹੈ। ਮੈਨੂੰ ਇਸ ਪੂਰੇ ਪਿੰਡ ਹਰਾਈਪੁਰ ਅਤੇ ਆਪਣੇ ਪੂਰੇ ਪਰਿਵਾਰ ਉੱਤੇ ਫਖਰ ਹੈਗਾ ਕਿ ਇਹ ਸਾਰਾ ਪਿੰਡ ਮੈਕਸੀਮਮ ਲੋਕ ਇੱਥੇ ਪਹੁੰਚੀ ਆ। ਮੇਰੇ ਪੜਦਾਦਾ ਜੀ, ਮੇਰੇ ਦਾਦਾ ਜੀ, ਮੇਰੇ ਡੈਡੀ, ਮੇਰੇ ਚਾਚਾ ਜੀ, ਮੇਰੇ ਤੁਰੀ ਤਾਇਆ ਜੀ, ਸਭ ਦੇ ਸਭ ਪਹੁੰਚ ਗਏ। ਇਸ ਤੋਂ ਵੱਡੀ ਸਿਰ ਉਠਾ ਕਰਦੇ ਸੀ ਫਖਰ ਨਾਲ ਕਹਿੰਦੇ ਆ ਸਾਡਾ ਪਿੰਡ ਪੂਰੇ ਪਹੁੰਚਿਆ ਹੈ। ਇਹ ਪਿੰਡ ਹਰਾਈਪੁਰ ਇਸ ਪਾਵਨ ਧਰਤੀ 'ਤੇ ਅਸੀਂ ਇੰਨੇ ਨਸੀਬ ਵਾਲੇ ਆ ਕਿ ਅਸੀਂ ਇੱਥੇ ਖੜ੍ਹੇ ਹੋਏ ਆ ਗੁਰੂ ਅਰਜਨ ਸਾਹਿਬ ਜੀ ਦੀ ਧਰਤੀ 'ਤੇ। ਮੈਂ ਅਸੀਂ ਤਿੰਨ ਭੈਣ ਭਰਾ, ਵੱਡੀ ਭੈਣ ਡਾਕਟਰ ਪਰਮਜੀਤ ਕੌਰ, ਫਿਰ ਮੇਰੇ ਵੀਰ ਜੀ ਡਾਕਟਰ ਗੁਰੂ ਪਰਮਜੀਤ ਗਿੱਲ, ਮੈਂ ਛੋਟੀ ਬੇਟੀ ਡਾਕਟਰ ਹਰਜੀਤ ਕੌਰ। ਮੈਂ ਆਪਣੇ ਪਿਤਾ ਵਾਸਤੇ ਥੋੜ੍ਹੇ ਜਿਹੇ ਸ਼ਬਦ ਬੋਲੂੰਗੀ, ਜ਼ਿਆਦਾ ਟਾਈਮ ਨਹੀਂ ਲਊਂਗੀ। ਇਹ ਜਿਹੜਾ ਸਾਡੇ ਨਾਮ ਦੇ ਵਿੱਚ ਜਿਹੜਾ ਡਾਕਟਰ ਲੱਗਿਆ ਨਾ, ਇਹ ਵਾਹਿਗੁਰੂ ਜੀ ਦੀ ਕਿਰਪਾ ਹੈਗੀ ਆ, ਲੇਕਿਨ ਵਾਹਿਗੁਰੂ ਤੋਂ ਪਹਿਲਾਂ ਸਾਡੇ ਮਾਂ ਬਾਪ ਦੀ ਕਿਰਪਾ ਹੈਗੀ ਆ, ਵਾਹਿਗੁਰੂ ਤੋਂ ਵੀ ਉੱਚੇ ਸਾਡੇ ਮਾਂ ਬਾਪ। ਮੇਰੀ ਮਾਂ ਜੇ ਜ਼ਿਆਦਾ ਪੜ੍ਹੀ ਲਿਖੀ, ਮੇਰੇ ਡੈਡੀ ਤੋਂ ਕੋਈ ਗੱਲ ਨਹੀਂ। ਵੱਡੀ ਭੈਣ ਡਾਕਟਰ ਪਰਮਜੀਤ ਕੌਰ, ਮੇਰੇ ਵੀਰ ਜੀ ਡਾਕਟਰ ਗੁਰੂ ਪਰਮਜੀਤ ਗਿੱਲ, ਮੈਂ ਛੋਟੀ ਬੇਟੀ ਡਾਕਟਰ ਹਰਜੀਤ ਕੌਰ। ਮੈਂ ਕੁਛ ਸ਼ਬਦ ਆਪਣੇ ਪਿਤਾ ਵਾਸਤੇ ਬੋਲਣਾ ਚਾਹੂੰਗੀ। ਪਹਿਲਾਂ ਸਭ ਤੋਂ ਪਹਿਲਾਂ ਸਾਡਾ ਬਚਪਨ, ਅਸੀਂ ਛੋਟੇ ਛੋਟੇ ਸੀਗੇ, ਅਸੀਂ ਤਿੰਨੋਂ ਭੈਣ ਭਰਾ। ਸਾਡੇ ਘਰ ਵਿੱਚ ਇੱਕ ਜਗ੍ਹਾ ਕਮਾਉਣ ਵਾਲਾ ਮੇਰੇ ਡੈਡੀ, ਮੇਰੀ ਮਾਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀਗੀ, ਸਾਨੂੰ ਇੰਨਾ ਜ਼ਿਆਦਾ ਪੜ੍ਹਾਈ ਵਾਸਤੇ ਪ੍ਰੋਤਸਾਹਿਤ ਕੀਤਾ, ਦਿਨ ਰਾਤ ਦੀ ਮਿਹਨਤ ਕੀਤੀ, ਰਾਤ ਰਾਤ ਭਰ ਛੱਕ ਕੇ ਸਾਨੂੰ ਡਾਕਟਰ ਬਣਾਇਆ। ਜ਼ਿਆਦਾ ਨੰਬਰ ਆਉਂਦੇ ਸੀਗੇ ਸਾਨੂੰ ਸ਼ਾਬਾਸ਼ੀ ਮਿਲਦੀ ਸੀ, ਘੱਟ ਨੰਬਰ ਆਉਂਦੇ ਸੀਗੇ ਸਾਨੂੰ ਹੌਸਲਾ ਮਿਲਦਾ ਸੀਗਾ। ਮੇਰੇ ਡੈਡੀ ਨੇ ਸਾਨੂੰ ਦੋਨੀ ਭੈਣਾਂ ਨੂੰ ਕਿਤੇ ਸਾਨੂੰ ਬੇਟੀਆਂ ਨਹੀਂ ਮੰਨਿਆ। ਜਦੋਂ ਵੀ ਉਸ ਟਾਈਮ ਮੋਬਾਈਲ ਨਹੀਂ ਚੱਲੇ ਸੀਗੇ, ਉਸ ਟਾਈਮ ਚਿੱਠੀਆਂ ਚੱਲਦੀਆਂ ਸੀਗੀਆਂ। ਜਦੋਂ ਮੇਰੇ ਡੈਡੀ ਫੌਜ ਵਿੱਚ ਸੀਗੇ, ਟ੍ਰਾਂਸਫਰ ਹੋਈ ਸੀਗੀ, ਤਾਂ ਅਸੀਂ ਉਦੋਂ ਚਿੱਠੀਆਂ ਦੇ ਉਹਨਾਂ ਨੂੰ ਲੈਟਰ ਦਿੱਤੇ ਸੀਗੇ, ਤਾਂ ਅਸੀਂ ਉਦੋਂ ਛੋਟੇ ਸੀਗੇ, ਤਾਂ ਸਾਡਾ ਅਸੀਂ ਮੇਰੇ ਡੈਡੀ ਸਾਨੂੰ ਹਮੇਸ਼ਾ ਦਿੱਤੇ ਸੀ ਮਾਈ ਡੀਅਰ ਬੋਇਸ, ਮੇਰੀ ਭੈਣ ਅਤੇ ਮੈਨੂੰ ਮਾਈ ਡੀਅਰ ਸੰਸ, ਕਿਤੇ ਡੋਟਰਸ ਨਹੀਂ ਮੰਨਿਆ ਸਾਨੂੰ, ਅਤੇ ਹਮੇਸ਼ਾ ਸਾਨੂੰ ਬੇਟਿਆਂ ਦੀ ਤਰ੍ਹਾਂ ਰੱਖਿਆ। ਅਸੀਂ ਫਿਰ ਆਪਦੇ ਨੰਬਰ ਲਿਖਿਆ ਕਰਦੇ ਸੀ, ਡੈਡੀ ਸਾਡੇ ਇੰਨੇ ਨੰਬਰ ਆਏ ਸੀ, ਰਿਪੋਰਟ ਕਾਰਡ ਲੈ ਕੇ ਆਉਂਦੇ ਸੀਗੇ, ਡੈਡੀ ਬਹੁਤ ਖੁਸ਼ ਹੁੰਦੇ ਸੀਗੇ। ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਕੀਤੀ, ਖੁਦ ਘੱਟ ਕੱਪੜੇ ਪਾਉਣੇ, ਸਾਡੇ ਪੜ੍ਹਾਈ ਵਾਸਤੇ ਬਹੁਤ ਖਰਚਾ ਕਰਨਾ, ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਛੱਡਣ ਦਿੱਤੀ, ਪੂਰੀ ਖੁਸ਼ੀਆਂ ਹੋਈਆਂ। ਛੋਟੇ ਛੋਟੇ ਸੀਗੇ, ਜਦੋਂ ਅਸੀਂ ਦਿਲਾਂ ਤੋਂ ਬਾਅਦ ਵਿੱਚ ਜਦੋਂ ਅਸੀਂ ਵਾਕਿੰਗ ਕਰਦੇ ਸੀਗੇ, ਤਾਂ ਉਦੋਂ ਮੇਰੇ ਵੀਰ ਜੀ ਮੈਂ ਅਸੀਂ ਬਹੁਤ ਸ਼ਰਾਰਤੀ ਸੀਗੇ, ਡੈਡੀ ਦਾ ਇੱਕ ਹੱਥ ਮੈਂ ਫੜਦੀ ਸੀ, ਇੱਕ ਹੱਥ ਮੇਰੇ ਵੀਰ ਜੀ ਫੜਦੇ ਸੀ। ਛੋਟੀ ਹੁੰਦੀ ਡੈਡੀ ਸਾਡੇ ਤੋਂ ਸਟੋਰੀਆਂ ਸੁਣਦੇ ਸੀਗੇ, ਉਹ ਸੜਕ ਤੇ ਵਾਕ ਕਰਦੇ ਨੇ, ਸਟੋਰੀ ਸੁਣਦੇ ਸੀਗੇ ਕਿਤਾਬ ਦੀਆਂ। ਸਾਨੂੰ ਵੱਡਾ ਕੀਤਾ, ਬਹੁਤ ਬਹੁਤ ਵੱਡਾ ਕੀਤਾ, ਡਾਕਟਰਸ ਬਣੇ, ਬਹੁਤ ਖੁਸ਼ੀਆਂ ਹੋਈਆਂ ਘਰ ਵਿੱਚ। ਮੇਰੀ ਦੀਦੀ ਸਪੈਸ਼ਲਿਸਟ ਬਣੀ, ਮੇਰੇ ਵੀਰ ਜੀ ਸਪੈਸ਼ਲਿਸਟ ਬਣੇ, ਮੈਂ ਵੀ ਸਪੈਸ਼ਲਿਸਟ ਬਣੀ। ਸਾਨੂੰ ਉੱਥੇ ਜਦੋਂ ਮੇਰੇ
ਇੱਕ ਸਫਲ ਪਿਤਾ ਦੀ ਕਾਰਗੁਜ਼ਾਰੀ ਬਾਰੇ ਤੁਹਾਨੂੰ ਜਾਣਨਾ ਪਿਆ। ਬਹੁਤ ਸਾਰੇ ਸੋਗ ਸੰਦੇਸ਼ ਪਹੁੰਚੇ। ਸਤਿਕਾਰਯੋਗ ਦੀਪਾ ਹਰਸਿਮਰਤ ਕੌਰ ਜੀ ਬਾਦਲ, ਉਹਨਾਂ ਵੱਲੋਂ ਸੋਗ ਸੰਦੇਸ਼ ਆਇਆ। ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ, ਉਹਨਾਂ ਵੱਲੋਂ ਸੋਗ ਸੰਦੇਸ਼ ਆਇਆ। ਹੋਰ ਬਹੁਤ ਸਾਰੇ ਸੋਗ ਸੰਦੇਸ਼ ਆਏ ਹੈ, ਸਮਾਂ ਬਹੁਤ ਹੋ ਗਿਆ। ਮੈਂ ਬੇਨਤੀ ਕਰਾਂਗਾ ਸਰਦਾਰ ਸੁਖਿੰਦਰ ਸਿੰਘ ਜੀ ਗੁਰੂਕਾ ਸਾਹਿਬ ਨੂੰ, ਉਹ ਆ ਕੇ ਕੈਪਟਨ ਸਾਹਿਬ ਬਾਰੇ ਦੋ ਸ਼ਬਦ ਜ਼ਰੂਰ ਕਹਿਣ। ਗੁਰੂਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਗੋਦ ਵਿੱਚ ਬਹੁਤ ਹੀ ਸ਼ੋਕਮਈ ਸਮਾਗਮ ਦੇ ਮੌਕੇ ਜੁੜ ਬੈਠੇ ਸਮੁੱਚੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਦਾਰ ਜਸਮੇਰ ਸਿੰਘ ਦੇ ਭਰਾ ਸਰਦਾਰ ਸਰਦਾਰ ਅਵਤਾਰ ਸਿੰਘ ਜੀ, ਜੋ ਸਾਡੇ ਕੋਲੋਂ ਸਦਾ ਲਈ ਚਲੇ ਗਏ ਨੇ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਅਤੇ ਉਹਨਾਂ ਨੂੰ ਸ਼ਰਧਾ ਦੇ ਗੁਰ ਭੇਟ ਕਰਨ ਦੇ ਲਈ ਇਸ ਪਰਿਵਾਰ ਦੇ ਨਾਲ ਨੇੜਤਾ ਰੱਖਣ ਵਾਲੇ ਸਾਰੇ ਲੋਕ ਇੱਥੇ ਇਕੱਠੇ ਹੋਏ ਹਨ। ਇਨਸਾਨ ਦੇ ਜਾਣ ਤੋਂ ਬਾਅਦ ਸਾਡੇ ਧਰਮ ਦੇ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਕੀਤੇ ਜਾਂਦੇ ਨੇ ਅਤੇ ਉਹਨਾਂ ਦੀ ਯਾਦ ਵਿੱਚ ਰਾਗੀ ਸਿੰਘ ਵਿਰਾਗਮਈ ਕੀਰਤਨ ਕਰਦੇ ਨੇ। ਅਸਲ ਇਹ ਰਸਮਾਂ ਇਨਸਾਨ ਦੇ ਜਾਣ ਤੋਂ ਬਾਅਦ ਹੁੰਦੀਆਂ ਨੇ, ਪਰ ਕੁਝ ਪਰਿਵਾਰ ਕੁਝ ਸੱਜਣ ਐਸੇ ਹੁੰਦੇ ਨੇ ਜੋ ਲੋਕਾਂ ਲਈ ਕੁਝ ਕਰਕੇ ਜਾਂਦੇ ਨੇ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਯਾਦ ਕਰ ਲਿਆ ਜਾਂਦਾ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਦੇ ਜਨਮ ਤੋਂ, ਉਹਨਾਂ ਦੇ ਜੀਵਨ ਤੋਂ, ਉਹਨਾਂ ਦੇ ਕੀਤੇ ਕੰਮਾਂ ਤੋਂ ਸਿੱਖਿਆ ਲੈ ਸਕਣ ਅਤੇ ਉਹ ਵੀ ਕੋਈ ਚੰਗੇ ਕੰਮ ਕਰਨ ਵੱਲ ਰੁਝਤ ਹੋ ਸਕਣ। ਕੈਪਟਨ ਅਵਤਾਰ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ, ਬਹੁਤ ਹੀ ਨੇਕ ਇਨਸਾਨ ਸਨ। ਵੈਸੇ ਤਾਂ ਇਹ ਸਾਰਾ ਪਰਿਵਾਰ ਜਿਹੜਾ ਕਿ ਬਹੁਤ ਵੱਡਾ ਪਰਿਵਾਰ ਹੈ, ਬਹੁਤ ਮਿਹਨਤੀ ਕੁਰਬਾਨੀ ਵਾਲਾ ਦੇਸ਼ ਭਗਤੀ ਵਾਲਾ ਪਰਿਵਾਰ ਹੈ। ਬਹੁਤ ਹੀ ਇਲਾਕੇ ਵਿੱਚ ਇਸ ਸਾਰੇ ਪਰਿਵਾਰ ਦਾ ਨਾਂ ਹੈ। ਜੇ ਇਸ ਪਰਿਵਾਰ ਨੂੰ ਫੌਜੀਆਂ ਦਾ ਪਰਿਵਾਰ ਕਹਿ ਲਿਆ ਜਾਵੇ ਤਾਂ ਵੀ ਕੋਈ ਅਦਕਤ ਨਹੀਂ, ਦੇਸ਼ ਭਗਤਾਂ ਦਾ ਪਰਿਵਾਰ ਕਹਿ ਲਿਆ ਜਾਵੇ ਤਾਂ ਵੀ ਕੋਈ ਅਦਕਤ ਨਹੀਂ, ਅਤੇ ਜੇ ਅਫਸਰਾਂ ਦਾ ਲੀਡਰਾਂ ਦਾ ਪਰਿਵਾਰ ਕਹਿ ਲਿਆ ਜਾਵੇ ਤਾਂ ਵੀ ਕੋਈ ਅਦਕਤ ਨਹੀਂ। ਇਹ ਸਾਰੀਆਂ ਗੱਲਾਂ 'ਤੇ ਪੂਰੇ ਉਤਰਦੇ ਨੇ। ਜੋ ਰਿਸ਼ਤੇ 'ਚ ਮੇਰੇ ਚਾਚਾ ਜੀ ਕਰਦੇ ਸੀ, ਕਿਉਂਕਿ ਮੇਰੇ ਪਿਤਾ ਜੀ ਦੇ ਚਾਚੇ ਸਕੇ ਭਰਾ ਅਤੇ ਸਕੀਏ ਭੈਣ ਅਤੇ ਉਹਨਾਂ ਦੀ ਅੰਤਿਮ ਅਰਦਾਸ ਦੇ ਚਾਚਾ ਜੀ ਇੱਥੇ ਖਤਮ ਹੋਏ ਹੈ। ਬਹੁਤ ਦੁੱਖ ਦੀ ਘੜੀ ਹੈ। ਉਹਨਾਂ ਦੇ ਜੀਵਨ ਦੇ ਬਾਰੇ ਕਦੋਂ ਪਹਿਲਾਂ ਸਾਰਾ ਬੁਲਾਰਿਆਂ ਨੇ ਦੱਸ ਦਿੱਤਾ ਹੈ, ਤੁਸੀਂ ਸਾਰੇ ਬੜੀ ਦੂਰ ਤੋਂ ਚੱਲ ਕੇ ਆਏ ਹੋ, ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਗਾ। ਸਿਆਣੇ ਕਹਿੰਦੇ ਆ ਖੁਸ਼ੀ ਬਣਾਉਣ ਦੇ ਨਾਲ ਖੁਸ਼ੀ ਵੱਧ ਜਾਂਦੀ ਆ, ਕੋਈ ਦੁੱਖ ਬਣਾਉਣ ਦੇ ਨਾਲ ਦੁੱਖ ਘੱਟ ਜਾਂਦਾ ਗਾ। ਸੋ ਤੁਸੀਂ ਸਾਰੇ ਇੱਥੇ ਪਹੁੰਚੇ ਆ, ਤੁਹਾਡਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਗਾ। ਸਰਦਾਰ ਸੁਖਿੰਦਰ ਸਿੰਘ ਜੀ ਗੁਰੂਕਾ ਪਹੁੰਚੇ ਨੇ, ਸਾਬਕਾ ਮੰਤਰੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਸਰਦਾਰ ਮਨਜੀਤ ਸਿੰਘ ਜੀ ਵੈਦ ਸਾਹਿਬ ਕਿਲ ਕਲਾਂ ਨੂੰ ਇੱਥੇ ਜਿਹੜੇ ਸਾਡੇ ਰਿਸ਼ਤੇਦਾਰ ਵੀ ਨੇ ਉਹ ਵੀ ਪਹੁੰਚੇ ਆ, ਉਹਨਾਂ ਦਾ ਵੀ ਧੰਨਵਾਦ ਕਰਦਾ ਗਾ। ਸਿੰਘ ਸਭਾ ਨੇ ਸਾਬੋ ਦਰੋਗੀ ਨੂੰ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਵੱਖ ਵੱਖ ਪਿੰਡਾਂ ਤੋਂ ਸਰਕਾਰੀ ਸਾਹਿਬਾਂ ਨੂੰ ਮੈਂਬਰ ਸਾਹਿਬਾਂ ਅਤੇ ਹਲਕਾ ਧਰਤੀ ਤੋਂ ਕਾਫੀ ਸੰਗਤ ਆਈ ਹੈ,
ਉਹਨਾਂ ਦਾ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਤਹਿਤ ਵੱਲੋਂ ਮਾਫ਼ ਕਰ ਦਾਂਗਾ ਔਰ ਬੇਨਤੀ ਵੀ ਕਰ ਦਾਂਗਾ ਕਿ ਗੁਰੂ ਗ੍ਰੰਥ ਸਾਹਿਬ ਤਿਆਰ ਆ ਔਰ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਾਣਾਗਾ। ਇਹਨੇ ਸ਼ਬਦ ਕਹਿੰਦਾ ਹੋਇਆ ਸਭ ਤੋਂ ਪਹਿਲਾਂ ਦਾ ਗੱਲ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।